ओम शांति ਅੱਜ ਸਣ 482022 ਦੇ ਸਾਕਾਰ ਬਾਪਤਾ ਦਾ ਜੀ ਦੇ ਮਹਾਵਾਕ ਅੱਜ ਬਾਪਤਾ ਦਾ ਜੀ ਨੇ ਆਖਿਆ ਮਿੱਠੇ ਬੱਚੇ ਤੁਹਾਨੂੰ ਬਾਪ ਸਮਾਨ ਰੂਪ ਬਸੰਤ ਬਣਨਾ ਸਣ ਗਿਆਨ ਅਤੇ ਯੋਗ ਨੂੰ ਧਾਰਨ ਕਰ ਫਿਰ ਅਸਾਮੀ ਵੇਖ ਕੇ ਦਾਨ ਵੀ ਦਿੰਦੇ ਰਹਿਣਾ ਏ ਅੱਜ ਬਾਪ ਦਾਦਾ ਜੀ ਨੇ ਪ੍ਰਸ਼ਨ ਪੁੱਛਿਆ ਕਿਹੜੀ ਰਸਮ ਦੁਆਪਰ ਯੁਗ ਤੋਂ ਚਲੀ ਆਂਦੀ ਏ ਲੇਕਿਨ ਸੰਗਮ ਤੇ ਬਾਪ ਉਸ ਰਸਮ ਨੂੰ ਬੰਦ ਕਰਾ ਦਿੰਦੇ ਸਨ ਉੱਤਰ ਹੈਗਾ ਦੁਆਪਰ ਤੋਂ ਪਾਮ ਛੂਣ ਦੀ ਪੈਰ ਪੜਨ ਦੀ ਰਸਮ ਚਲੀ ਆਂਦੀ ਏ ਬਾਪ ਆਖਦੇ ਸਨ ਇੱਥੇ ਤੁਹਾਨੂੰ ਕਿਸੇ ਦੇ ਵੀ ਪੈਰ ਪੜਨ ਦੀ ਛੂਣ ਦੀ ਦਰਕਾਰ ਨਹੀਂ ਹੈਗੀ ਮੈਂ ਤਾਂ ਅਭੋਗਤਾ ਹਾਂ ਅਕਰਤਾ ਵੀ ਹਾਂ ਅਸੋਚਤਾ ਵੀ ਹਾਂ ਤੁਸੀ ਬੱਚਿਆਂ ਨੇ ਤੇ ਬਾਪ ਤੋਂ ਵੱਡੇ ਹੋ ਬਾਪ ਤੋਂ ਵਿਰਸਾ ਲੈਣਾ ਏ ਕਿਉਂਕਿ ਬੱਚੇ ਬਾਪ ਦੀ ਪੂਰੀ ਜਾਇਦਾਦ ਦੇ ਮਾਲਕ ਹੁੰਦੇ ਸਨ ਤਾਂ ਮਾਲਿਕਾ ਨੂੰ ਮੈਂ ਬਾਪ ਆ ਕੇ ਨਮਸਕਾਰ ਕਰਦਾ ਹਾਂ ਐਸ ਲਈ ਤੁਹਾਨੂੰ ਕਿਸੇ ਦੇ ਵੀ ਪੈਰ ਪੜਨ ਦੀ ਜ਼ਰੂਰਤ ਨਹੀਂ ਹੈਗੀ ਹਾਂ ਛੋਟੇ ਵੱਡਿਆਂ ਦਾ ਰਿਕਾਰਡ ਰੱਖਣ ਦੇ ਲਈ ਤਾਂ ਪੈਰ ਛੂ ਸਕਦੇ ਸਨ ਅੱਜ ਦਾ ਗੀਤ ਹੈਗਾ ਜਿਹੜੇ ਪਿਆ ਦੇ ਨਾਲ ਸਨ ओम शांति बरसात ਤਾਂ ਹਰ ਸਾਲ ਪੈਂਦੀ ਏ ਉਹ ਸਣ ਪਾਣੀ ਦੀ ਬਰਸਾਤ ਇਹ ਸਣ ਗਿਆਨ ਦੀ ਬਰਸਾਤ ਜਿਹੜੀ ਕਲਪ ਕਲਪ ਪੈਂਦੀ ਏ ਇੱਥੇ ਸਣ ਪਤਿਤ ਦੁਨੀਆ ਨਰਕ ਇਸ ਨੂੰ ਵਿਸ਼ੇ ਸਾਗਰ ਵੀ ਆਖਦੇ ਸਣ ਜਿਸ ਵਿਸ਼ ਅਰਥਾਰਥ ਕੰਮ ਅਗਨੀ ਤੋਂ ਭਰਤ ਕਾਲਾ ਹੋ ਪਿਆ ਏ ਬਾਪ ਆਖਦੇ ਸਣ ਮੈਂ ਗਿਆਨ ਸਾਗਰ ਗਿਆਨ ਵਰषा ਤੋਂ ਤੁਹਾਨੂੰ ਗੋਰਾ ਬਣਾਣਾ ਹਾਂ ਐਸਾ ਰਾਵਣ ਰਾਜ ਵਿੱਚ ਸਾਰੇ ਕਾਲੇ ਹੋ ਪੈਂਦੇ ਨੇ ਸਭ ਨੂੰ ਫਿਰ ਪਵਿੱਤਰ ਬਣਾਉਂਦਾ ਹਾਂ ਮੂਲ ਵਤਨ ਵਿੱਚ ਕੋਈ ਵੀ ਆਤਮਾ ਨਹੀਂ ਰਹਿੰਦੀ ਸਤਿਯੁਗ ਵੀ ਸਤਿਯੁਗ ਵਿੱਚ ਵੀ ਕੋਈ ਪਤਿਤ ਨਹੀਂ ਰਹਿੰਦੇ ਇੱਥੇ ਤੇ ਸਨ ਪਤਿਤ ਦੁਨੀਆ ਤਾਂ ਸਾਰਿਆਂ ਦੇ ਉੱਤੇ ਗਿਆਨ ਵਰषा ਚਾਹੀਦੀ ਏ ਗਿਆਨ ਵਰषा ਤੋਂ ਹੀ ਫਿਰ ਸਾਰੀ ਦੁਨੀਆ ਪਵਿੱਤਰ ਬਣ ਜਾਂਦੀ ਏ ਦੁਨੀਆ ਨਹੀਂ ਜਾਣਦੀ ਕਿ ਅਸੀਂ ਕੋਈ ਕਾਲੇ ਪਤਿਤ ਹੋ ਗਏ ਆ ਸਤਿਯੁਗ ਵਿੱਚ ਕੋਈ ਪਤਿਤ ਹੁੰਦਾ ਨਹੀਂ ਸਾਰੀ ਦੁਨੀਆ ਹੀ ਆ ਪਵਿੱਤਰ ਸਨ ਉੱਥੇ ਪਤਿਤ ਦਾ ਨਾਂ ਨਿਸ਼ਾ ਨਹੀਂ ਹੁੰਦਾ ਇਸ ਲਈ ਵਿਸ਼ਨੂੰ ਨੂੰ ਹਮੇਸ਼ਾ ਸ਼ੀਰ ਸਾਗਰ ਵਿੱਚ ਹੀ ਦਿਖਾਉਂਦੇ ਸਨ ਉਸ ਦਾ ਅਰਥ ਮਨੁੱਖ ਨਹੀਂ ਜਾਣਦੇ ਤੁਸੀਂ ਸਮਝਦੇ ਹੋ ਵਿਸ਼ਨੂੰ ਦੇ ਦੋ ਰੂਪ ਅਤੇ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਨਾਰਾਇਣ ਸਨ ਆਖ ਦੇ ਵੀ ਸਨ ਉੱਥੇ ਦੁੱਧ ਕੀ ਦੀਆਂ ਨਦੀਆਂ ਬਹਿਂਦੀਆਂ ਅਰ ਜ਼ਰੂਰ ਸ਼ੀਰ ਸਾਗਰ ਹੋਵੇਗਾ ਮਨੁੱਖ ਤਾਂ ਵਿਸ਼ਨੂੰ ਭਗਵਾਨ ਆਖ ਦਿੰਦੇ ਸਨ ਪਰੰਤੂ ਵਿਸ਼ਨੂੰ ਨੂੰ ਭਗਵਾਨ ਨਹੀਂ ਆਖਿਆ ਜਾਂਦਾ ਵਿਸ਼ਨੂੰ ਤਾਂ ਦੇਵਤਾ ਸਨ ਇਸ ਲਈ ਵਿਸ਼ਨੂੰ ਦੇਵਤਾਏ ਨਮਹਾ ਬ੍ਰਹਮਾ ਦੇਵਤਾਏ ਨਮਾ ਆਖਦੇ ਨੇ ਵਿਸ਼ਨੂੰ ਭਗਵਾਨ ਨਮਾਏ ਨਹੀਂ ਆਖਦੇ ਸ਼ਿਵ ਪਰਮਾਤਮਾ ਨਮਹਾ ਸ਼ੋਬਦਾਏ ਹੁਣ ਤੁਹਾਨੂੰ ਰੋਸ਼ਨੀ ਮਿਲੀ ਹੈ ਉੱਚੇ ਤੇ ਉੱਚਾ ਸ਼੍ਰੀ ਸ਼੍ਰੀ 108 ਰੁਦਰ ਮਾਲਾ ਹੀ ਆਖਿਆ ਜਾਂਦਾ ਹੈ ਉੱਪਰ ਹੈਗਾ ਫੁੱਲ ਫਿਰ ਹੈਗਾ ਮੇਰੂ ਦਾਣਾ ਅਰਥਾਤ ਯੁਗ ਲਦਾਣਾ ਸ਼੍ਰੀ ਲਕਸ਼ਮੀ ਅਤੇ ਸ਼੍ਰੀ ਨਾਰਾਇਣ ਦਾ ਫਿਰ ਬ੍ਰਹਮਾ ਸਰਸਵਤੀ ਨੂੰ ਯੁਗਲ ਨਹੀਂ ਆਖ ਸਕਦੇ ਇਹ ਮਾਲਾ ਸ਼ੁੱਧ ਹੈ ਮੇਰੂ ਫਿਰ ਸ਼੍ਰੀ ਲਕਸ਼ਮੀ ਸ਼੍ਰੀ ਨਾਰਾਇਣ ਨੂੰ ਹੀ ਆਖਦੇ ਸਨ ਕਿਉਂਕਿ ਉਹੀ ਉਹ ਯੁਗਲ ਸਨ ਪਰੰਤੂ ਉਹਨਾਂ ਨੂੰ ਸੰਤਾਨ ਵੀ ਤਾਂ ਹੋਵੇਗੀ ਨਾ ਇਹ ਤਾਂ ਕਿਸ ਨੂੰ ਵੀ ਪਤਾ ਨਹੀਂ ਹੁਣ ਤੁਸੀਂ ਬੱਚੇ ਵਿਸ਼ੇ ਸਾਗਰ ਤੋਂ ਨਿਕਲ ਜਾਂਦੇ ਹੋ ਉਹਨਾਂ ਨੂੰ ਫਿਰ ਕਾਲੀ ਦੇਵੀ ਦੇ ਦਿੱਤੀ ਹੈ ਸਤਿਉਗੁਜ ਵਿੱਚ ਇਹੋ ਜੀਆਂ ਗੱਲਾਂ ਨਹੀਂ ਹੁੰਦੀਆਂ 나ਗ ਉੱਤੇ ਡਾਂਸ ਕੀਤਾ ਕੱਪੜੇ ਚੁਰਾਏ ਇਹ ਕੀਤਾ ਇਹ ਸਾਰੀਆਂ ਦੰਤਕਥਾਵਾਂ ਸਨ ਬਲਾਈਂਡ ਫੇਤਲੈਂਡ ਗੁੰਡੀਆਂ ਗੁਡੀਆਂ ਦੀ ਪੂਜਾ ਕਰਦੇ ਰਹਿੰਦੇ ਸਨ ਬਹੁਤ ਦੇਵੀਆਂ ਦੀ ਮੂਰਤੀਆਂ ਬਣਾਉਂਦੇ ਸਨ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਦੇਵੀਆਂ ਦਾ ਸ਼ਿੰਗਾਰ ਕਰਦੇ ਸਨ ਕਈ ਤਾਂ ਸੱਚੇ ਸੋਨੇ ਦੇ ਜੇਵਰ ਵੀ ਪੁਆਉਂਦੇ ਸਨ ਕਿਉਂਕਿ ਬ੍ਰਾਹਮਣਾਂ ਨੂੰ ਦਾਨ ਕਰਦੇ ਸਨ ਬ੍ਰਾਹਮਣ ਜਿਹੜੀ ਪੂਜਾ ਕਰਾਂਦੇ ਬੜਾ ਖਰਚਾ ਕਰਾਂਦੇ ਸਨ ਤੂੰ ਮਤਾਮ ਤੋਂ ਦੇਵੀਆਂ ਦੀ ਝਾਂਕੀਆਂ ਕੱਢਦੇ ਸਨ ਦੇਵੀਆਂ ਨੂੰ ਕ੍ਰੀਏਟ ਕਰ ਫਿਰ ਉਹਨਾਂ ਦੀ ਪਾਲਣਾ ਕਰ ਫਿਰ ਉਹਨਾਂ ਦਾ ਸ਼ਿੰਗਾਰ ਕਰ ਡਬੋ ਦਿੰਦੇ ਸਨ ਐਸ ਨੂੰ ਆਖਿਆ ਜਾਂਦਾ ਹੈ ਗੁੱਡੀਆਂ ਦੀ ਪੂਜਾ ਭਾਸ਼ਣ ਵਿੱਚ ਤੁਸੀਂ ਸਾਰਿਆਂ ਨੂੰ ਸਮਝਾ ਸਕਦੇ ਹੋ ਕਿ ਕਿਵੇਂ ਅੰਧ ਚਰਦਾ ਦੀ ਪੂਜਾਏ ਗਣੇਸ਼ ਵੀ ਦੇਖੋ ਕਿੰਨਾ ਚੰਗਾ ਬਣਾਉਂਦੇ ਸਨ ਹੁਣ ਸੂੰਡ ਵਾਲਾ ਤਾਂ ਕੋਈ ਮਨੁੱਖ ਹੁੰਦਾ ਹੀ ਨਹੀਂ ਕਿੰਨੇ ਚਿੱਤਰ ਬਣਾ ਦਿੱਤੇ ਨੇ ਕਿੱਡਾ ਪੈਸਾ ਖਰਚ ਕਰਦੇ ਨੇ ਬਾਪ ਬੱਚਿਆਂ ਨੂੰ ਸਮਝਾਉਂਦੇ ਨੇ ਤੁਹਾਨੂੰ ਹੁਣ ਕਿੰਨਾ ਸ਼ਾਹੂਕਾਰ ਇੱਕਦਮ ਵਿਸ਼ਵ ਦਾ ਮਾਲਕ ਬਣਾ ਦੇਣਾ ਹ ਅਹ ਅਤੇ ਆਤਮਾਵਾਂ ਨੂੰ ਪਰਮਾਤਮਾ ਬੈ ਸਮਝਾਉਂਦੇ ਸਨ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਕਲਪ ਪਹਿਲੇ ਪੜਿਆ ਸਨ ਉਹ ਹੀ ਉਹ ਸ਼੍ਰੀਮਤ ਤੇ ਚੱਲਣਗੇ ਔਰ ਦੂਜਿਆਂ ਨੂੰ ਚਲਾਣਗੇ ਨਾ ਨਹੀਂ ਪੜਣਗੇ ਘੁੰਮਣਗੇ ਫਿਰਣਗੇ ਤਾਂ ਖਰਾਬ ਹੀ ਹੋਣਗੇ ਉੱਚ ਪਦ ਫਿਰ ਪਾ ਨਹੀਂ ਸਕਣਗੇ ਹੁਣ ਤੁਸੀਂ ਬੱਚਿਆਂ ਨੂੰ ਅવિਨਾਸ਼ੀ ਗਿਆਨ ਰਤਨਾ ਤੋਂ ਕਿੰਨਾ ਸ਼ਾਹੂਕਾਰ ਬਣਾ ਦਿੰਦੇ ਨੇ ਉਹ ਲੋਕ ਤਾਂ ਸ਼ਿਵ ਅਤੇ ਸ਼ੰਕਰ ਦਾ ਅਰਥ ਵੀ ਨਹੀਂ ਜਾਣਦੇ ਸ਼ੰਕਰ ਦੇ ਅੱਗੇ ਜਾ ਕੇ ਆਖਦੇ ਰਹਿੰਦੇ ਨੇ ਝੋਲੀ ਭਰ ਦੋ ਪਰੰਤੂ ਸ਼ੰਕਰ ਤਾਂ ਝੋਲੀ ਭਰਦਾ ਨਹੀਂ ਹੁਣ ਬੱਚਿਆਂ ਨੂੰ ਬਾਪ ਅਵਿਨਾਸ਼ੀ ਗਿਆਨ ਰਤਨ ਦੇਂਦੇ ਸਨ ਉਹ ਤਾਰਣ ਕਰਨੇ ਨੇ ਇੱਕ ਇੱਕ ਰਤਨ ਲੱਖ ਰੁਪਿਆ ਦਾਇ ਤਾ ਚੰਗੀ ਤਰ੍ਹਾਂ ਧਾਰਨ ਕਰ ਤਾਂ ਦੂਜਿਆਂ ਨੂੰ ਧਾਰਨ ਕਰਾਉਂਦੇ ਰਹਿਣਾ ਹੈ দান ਕਰਨਾ ਪਵੇ 바ਵਾ ਨੇ ਸਮਝਾਇਆ ਹੈ दान ਵੀ ਅਸਾਮੀ ਵੇਖ ਕੇ ਕਰੋ ਜਿਨ੍ਹਾਂ ਨੂੰ ਸੁਣਾਨ ਦੀ ਹੀ ਦਿਲ ਨਹੀਂ ਉਹਨਾਂ ਸੁਣਨ ਦੀ ਦਿਲ ਨਹੀਂ ਹੁੰਦੀ ਉਹਨਾਂ ਦੇ ਪਿਛੜੀ ਆਪਣਾ ਟਾਈਮ ਵੇਸਟ ਨਹੀਂ ਕਰਨਾ ਸ਼ਿਵ ਦੇ ਪੁਜਾਰੀ ਅਤੇ ਦੇਵਤਾਵਾਂ ਦੇ ਪੁਜਾਰੀਆਂ ਕੋਲ ਜਾ ਕੇ ਸਮਝਾਉਣਾ ਚਾਹੀਦਾ ਐਵੇਂ ਐਵੇਂ ਕੋਸ਼ਿਸ਼ ਕਰਕੇ ਦਾਨ ਦੇਣਾ ਚਾਹੀਦਾ ਹੈ ਤੇ ਤੁਹਾਡਾ ਟਾਈਮ ਵੇਸਟ ਨਹੀਂ ਜਾਵੇਗਾ ਤੁਸੀਂ ਹਰ ਇੱਕ ਨੂੰ ਰੂਪ ਬਸੰਤ ਬਣਾਣਾ ਹੈ ਜਿਵੇਂ ਬਾਬਾ ਰੂਪ ਬਸੰਤ ਸਣ ਤੋਂ ਉਹਨਾਂ ਦਾ ਰੂਪ ਜੋਤੀ ਲਿੰਗਮ ਨੇ ਸਟਾਰ ਮਿਸਲ ਹੈਗਾ ਪਰਮ ਪਿਤਾ ਪਰਮਾਤਮਾ ਪਰਮ ਆਤਮਾ ਪਰਮ ਧਾਮ ਵਿੱਚ ਰਹਿਣ ਵਾਲੇ ਸਨ ਪਰਮ ਧਾਮ ਪਰੇ ਤੇ ਪਰੇਕਾਰ ਹੈਗਾ ਆਤਮਾਵਾਂ ਨੂੰ ਪਰਮਾਤਮਾ ਨਹੀਂ ਆਖਦੇ ਉਹ ਪਰਮਾਤਮਾ ਸਣ ਇੱਥੇ ਤਾਂ ਸਾਰੀ ਦੁਖੀ ਆਤਮਾਵਾਂ ਸਨ ਉਹ ਯੋ ਪਰਮ ਪਿਤਾ ਪਰਮਾਤਮਾ ਨੂੰ ਬੁਲਾਉਂਦੀਆਂ ਸਨ ਉਹਨਾਂ ਨੂੰ ਸੁਪਰੀਮ ਆਤਮਾ ਵੀ ਆਖਦੇ ਸਨ ਉਹ ਬਿੰਦੀ ਸਨ ਐਵੇਂ ਨਹੀਂ ਕਿ ਉਹਨਾਂ ਦਾ ਕੋਈ ਨਾਮ ਰੂਪ ਨਹੀਂ ਹੈਗਾ ਉਹ ਗਿਆਨ ਦਾ ਸਾਗਰ ਪਤਿਤ ਪਾਵਨ ਸਨ ਦੁਨੀਆਂ ਵਾਲੇ ਇਹ ਗੱਲਾਂ ਨੂੰ ਨਹੀਂ ਜਾਣਦੇ ਕਿਸੇ ਤੋਂ ਵੀ ਪੁੱਛੋ ਪਰਮ ਪਿਤਾ ਪਰਮਾਤਮਾ ਕਿੱਥੇ ਸਨ ਤਾਂ ਕਹਿਣਗੇ ਸਰਵ ਵਿਆਪੀ ਸਨ ਅਰੇ ਤੁਹਾਨੂੰ ਉਹ ਉਹਨਾਂ ਨੂੰ ਪਤਿਤ ਪਾਵਨ ਆਖਦੇ ਹੋ ਤਾਂ ਪਾਵਨ ਕਿਵੇਂ ਬਣਾਣਗੇ ਕੁਝ ਵੀ ਸਮਝਦੇ ਨਹੀਂ ਐਸ ਨੂੰ ਅੰਧੇਰ ਨਗਰੀ ਆਖਦੇ ਸਨ ਤੁਹਾਨੂੰ ਤਾਂ ਬਾਬਾ ਨੇ ਹਰ ਗੱਲ ਤੋਂ ਛੁੜਾ ਦਿੱਤਾ ਏ ਬਾਬਾ ਅਭੋਗਤਾ ਅਕਰਤਾ ਤੇ ਸੋਚਤਾ ਹੈਗਾ ਕਦੇ ਵੀ ਤੁਹਾਨੂੰ ਆਪਣੇ ਪੈਰਾਂ 'ਚ ਗਿਰਨ ਦੇ ਲਈ ਨਹੀਂ ਆਖਦੇ ਪਰੰਤੂ ਦਵਪਰ ਯੁੱਗ ਤੋਂ ਇਹ ਰਸਮ ਚੱਲੀ ਆਂਦੀ ਏ ਹੁਣ ਬਾਪ ਆ ਕੇ ਇਹ ਰਸਮ ਬੰਦ ਕਰਦੇ ਸਨ ਹਾਂ ਛੋਟੇ ਵੱਡਿਆਂ ਦਾ ਰਿਗਾਰਡ ਰੱਖਣ ਦੇ ਲਈ ਕਰ ਸਕਦੇ ਸਨ ਪਰ ਪ੍ਰੋਪਰਟੀ ਦਾ ਮਾਲਕ ਤਾਂ ਤੁਸੀਂ ਬੱਚੇ ਹੀ ਹੋ। ਤਾਂ ਤੁਸੀਂ ਬਾਪ ਤੋਂ ਵੱਡੇ ਹੋਏ। ਬਾਪ ਆਖਦੇ ਸਨ ਐ ਮਾਲਕ ਸਨ ਸਾਡੀ ਜਾਇਦਾਦ ਦੇ। ਮੈਂ ਮਾਲਕਾਂ ਨੂੰ ਆ ਕੇ ਨਮਸਤੇ ਕਰਦਾ ਹਾਂ। ਪਲ ਮਾਲਕ ਬਾਪ ਵੀ ਹੈਗਾ ਪਰੰਤੂ ਸੱਚੇ ਮਾਲਕ ਤੁਸੀਂ ਬਣਦੇ ਹੋ। ਤੁਸੀਂ ਸਾਰੀ ਪ੍ਰੋਪਰਟੀ ਦੇ ਮਾਲਕ ਬਣਦੇ ਹੋ। ਤੁਸੀਂ ਬਾਦਲ ਸਾਗਰ ਦੇ ਕੋਲ ਆਂਦੇ ਹੀ ਹੋ ਭਰਨ ਵਾਸਤੇ। ਭਰ ਕੇ ਫਿਰ ਜਾ ਕੇ ਬਰਸਣਾ ਹੈਗਾ। ਪਰਣਗੇ ਨਹੀਂ ਤਾਂ ਰਾਜਾਈ ਪਦਵੀ ਨਹੀਂ پا ਸਕਣਗੇ ਫਿਰ ਪ੍ਰਜਾ ਵਿੱਚ ਚਲੇ ਜਾਣਗੇ ਕੋਸ਼ਿਸ਼ ਕਰ ਜਿੰਨਾ ਹੋ ਸਕੇ ਬਾਪ ਨੂੰ ਯਾਦ ਕਰਨਾ ਹੈ ਇੱਥੇ ਤਾਂ ਕੋਈ ਕਿਸ ਨੂੰ ਕੋਈ ਕਿਸ ਨੂੰ ਯਾਦ ਕਰਦੇ ਰਹਿੰਦੇ ਨੇ ਅਥਾਹਾ ਨਾਮ ਸਣ ਬਾਪ ਆ ਕੇ ਆਖਦੇ ਸਣ ਬੰਦੇ ਮਾਤਰਮ ਵਿਖਾਂਦੇ ਸਣ ਦ੍ਰੋਪਦੀ ਦੇਵੀ ਪੈਰ ਦਬਾਏ ਬਾਬਾ ਨੇ ਬਾਬਾ ਦੇ ਕੋਲ ਬੁੱਢੀਆਂ ਵੀ ਆਂਦੀਆਂ ਸਨ ਬਾਬਾ ਉਹਨਾਂ ਨੂੰ ਆਖਦੇ ਸਣ ਬੱਚਿਆਂ ਥਕੀਆਂ ਤਾਂ ਨਹੀਂ ਬਾਕੀ ਹੁਣ ਥੋੜੇ ਰੋਜ਼ ਰਹਿ ਗਏ ਨੇ ਤੁਸੀਂ ਘਰ ਬਹਿ ਕੇ ਸ਼ਿਵ ਬਾਬਾ ਨੂੰ ਵਰਸੇ ਨੂੰ ਯਾਦ ਕਰਦੇ ਰਹੋ ਜਿੰਨਾ ਤੁਸੀਂ ਯਾਦ ਕਰਦੇ ਰਹੋਗੇ ਉਹਨਾਂ ਤੁਹਾਡੇ ਵੀ ਕਰਮ ਵਿਨਾਸ਼ ਹੁੰਦੇ ਰਹਿਣਗੇ ਤੁਸੀਂ ਵਿਕਰਮਾ ਜੀਤ ਬਣ ਜਾਓਗੇ ਆਪ ਸਮਾਨ ਔਰਾ ਨੂੰ ਨਹੀਂ ਬਣਾਓਗੇ ਤਾਂ ਪ੍ਰਜਾ ਕਿਵੇਂ ਬਣੇਗੀ ਬਹੁਤ ਮਿਹਨਤ ਕਰਨੀ ਪਵੇਗੀ ਤਾਰਣਾ ਕਰ ਫਿਰ ਔਰਾ ਨੂੰ ਵੀ ਆਪ ਸਮਾਨ ਬਣਾਣਾ ਹੈ ਅੱਛਾ ਮਿੱਠੇ ਮਿੱਠੇ ਸਿੱਕੀ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰੇ ਹਰ ਗੱਲ ਵਿੱਚ ਆਪਣਾ ਸਮਾ ਸਫਲ ਕਰਦਿਆਂ ਹੋਇਆਂ ਦਾਨ ਅਸਾਮੀ ਵੇਖ ਕੇ ਪਾਤਰ ਵੇਖ ਕੇ ਦੇਣਾ ਏ ਜੋ ਕੁਝ ਸੁਣਨਾ ਜ ਜਿਹੜਾ ਕੋਈ ਸੁਣਨਾ ਨਹੀਂ ਚਾਹੁੰਦੇ ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਨਹੀਂ ਕਰਨਾ ਬਾਪ ਅਤੇ ਦੇਵਤਾਵਾਂ ਦੇ ਭਗਤਾਂ ਨੂੰ ਹੀ ਗਿਆਨ ਸੁਣਾਣਾ ਏ ਅਵਿਨਾਸ਼ੀ ਗਿਆਨ ਰਤਨਾ ਨੂੰ ਤਾਰਨ ਕਰਦਿਆਂ ਹੋਇਆਂ ਸ਼ਾਹੂਕਾਰ ਬੰਣਾ ਪੜਾਈ ਵੀ ਜ਼ਰੂਰ ਪੜ੍ਹਨੀ ਹੈਗੀ ਇੱਕ ਇੱਕ ਰਤਨ ਲੱਖਾਂ ਰੁਪਿਆ ਦਾ ਹੈ ਇਸ ਲਈ ਇਸ ਨੂੰ ਧਾਰਨ ਕਰਨਾ ਅਤੇ ਕਰਾਣਾ ਹੈ ਅੱਜ ਦਾ ਵਰਦਾਨ ਹੈਗਾ ਹਰ ਕਰਮ ਵਿੱਚ ਬਾਪ ਦਾ ਸਾਥੀ ਸਾਥ ਰੂਪ ਵਿੱਚ ਅਨੁਭਵ ਕਰਨ ਵਾਲੇ ਸਿੱਧੀ સ્વરૂਪ ਭਵ ਹਰ ਕਰਮ ਵਿੱਚ ਬਾਪ ਦਾ ਸਾਥ ਸਾਥੀ ਰੂਪ ਵਿੱਚ ਅਨੁਭਵ ਕਰਨ ਵਾਲੇ ਸਿੱਧੀ સ્વરૂਪ ਭਵ ਸਭ ਤੋਂ ਸਹਿਜ ਨਿਰੰਤਰ ਯਾਦ ਦਾ ਸਾਧਨ ਸੰਤ ਸਦਾ ਬਾਪ ਦੇ ਨਾਲ ਦਾ ਅਨੁਭਵ ਕਰਨਾ ਨਾਲ ਦੀ ਅਨੁਭੂਤੀ ਯਾਦ ਕਰਨ ਵਿੱਚ ਮਿਹਨਤ ਤੋਂ ਛੁੜਾ ਦਿੰਦੀ ਹੈ ਜਦੋਂ ਨਾਲ ਸਨ ਤਾਂ ਯਾਦ ਰਹੇਗੀ ਹੀ ਲੇਕਿਨ ਇਹੋ ਜਾਂ ਸਾਥ ਨਹੀਂ ਹੈਗਾ ਤੇ ਸਿਰਫ ਨਾਲ ਹੀ ਬੈਠੇ ਸਨ ਲੇਕਿਨ ਸਾਥੀ ਅਰਥਾਤ ਮਦਦਗਾਰ ਸਾਥ ਵਾਲਾ ਕਦੀ ਭੁੱਲਦਾ ਨਹੀਂ ਹੈਗਾ ਲੇਕਿਨ ਸਾਥੀ ਨਹੀਂ ਭੁੱਲਦਾ ਸਾਥ ਵਾਲਾ ਕਦੀ ਭੁੱਲ ਵੀ ਜਾਵੇਗਾ ਲੇਕਿਨ ਜਿਹੜਾ ਸਾਥੀ ਹੋਵੇਗਾ ਉਹ ਕਦੇ ਨਹੀਂ ਭੁੱਲੇਗਾ ਤਾਂ ਹਰ ਕਰਮ ਵਿੱਚ ਬਾਪ ਨੂੰ ਆਪਣਾ ਸਾਥੀ ਬਣਾ ਲਿਓ ਤਾਂ ਜਿਹੜੀ ਵੀ ਮੁਸ਼ਕਿਲਾਂ ਹੋਣਗੀਆਂ ਉਹ ਸਹਿਜ ਹੋ ਜਾਣਗੀਆਂ ਇਹੋ ਜੇ ਸਾਥੀ ਦੇ ਨਾਲ ਸਦਾ ਸਾਥ ਦਾ ਅਨੁਭਵ ਕਰਦੇ ਰਹੋ ਤਾਂ ਸਿੱਧੀ સ્વરૂਪ ਬਣ ਜਾਣਗੇ ਅੱਜ ਦਾ ਸਲੋਗਨ ਹੈਗਾ ਵਿਸ਼ੇਸ਼ ਆਤਮਾ ਬਣਨਾ ਹੈ ਤਾਂ ਵਿਸ਼ੇਸ਼ਤਾਵਾਂ ਨੂੰ ਵੇਖੋ विशेषतावान ही वर्णन करो विशेष आत्मा जेकर बनना हैगा विशेषता ही वेखना हैगा और ही वर्णन भी करना हैगा ओम शांति